ਜੀ ਸਾਰਿਆਂ ਨੂੰ ਗੌਰਵ ਅਨਮੋਲ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਹੈ ਜੀ ਔਰ ਸਾਡੇ ਚੈਨਲ ਗੌਰਵ ਅਨਮੋਲ ਮਿਊਜ਼ਿਕ 'ਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਔਰ ਆਈ ਹੋਪ ਤੁਸੀਂ ਬਹੁਤ ਵਧੀਆ ਹੋਵੋਗੇ ਸੋ ਅੱਜ ਜਿਹੜੀ ਵੀਡੀਓ ਅਪਲੋਡ ਕਰ ਰਹੇ ਹਾਂ ਉਹ ਹੈ ਜੀ ਪੀਸ ਵਰਕ ਜਿਹੜਾ ਕਿ ਰਾਗ ਭੈਰਵੀ ਦੇ ਵਿੱਚ ਆਪਾਂ ਕਰਾਂਗੇ ਔਰ ਤਾਲ ਕੈਰਵਾ 'ਤੇ ਹੀ ਮੇਨ ਜਿਹੜੇ ਪੋਪੂਲਰ ਪੀਸ ਜਿਹੜੇ ਹੈਗੇ ਆ ਉਹੀ ਕਰਾਂਗੇ ਆਪਾਂ ਪੰਜ ਟੋਪ ਪੀਸ ਜਿਹੜੇ ਕਿ ਤੁਸੀਂ ਕੈਰਵਾ ਤਾਲ 'ਤੇ ਜਾਂ ਭੰਗੜੇ ਵਾਲੇ ਕਿਸੇ ਵੀ ਗਾਣੇ 'ਤੇ ਪੇਟ 'ਤੇ ਉਹਨੂੰ ਯੂਜ਼ ਕਰ ਸਕਦੇ ਹੋ ਤੁਸੀਂ ਔਰ ਜਿਹੜਾ ਇਹਦਾ ਸਕੇਲ ਰਹੇਗਾ ਸੀ ਸ਼ਾਰਪ ਪਹਿਲਾਂ ਕਾਲਾ ਸੋ ਆਪਾਂ ਸਟਾਰਟ ਕਰੀਏ ਸਭ ਤੋਂ ਪਹਿਲਾਂ ਜਿਹੜਾ ਆਪਾਂ ਪੀਸ ਕਰਨ ਜਾ ਰਹੇ ਹਾਂ ਜੀ ਉਹ ਹੈ ਜੀ ਮਾਸਟਰ ਸਲੀਮ ਜੀ ਦਾ ਗਾਇਆ ਹੋਇਆ ਜਿਹੜੀ ਭੇਟ ਹੈ ਭੋਲੇ ਦੀ ਬਰਾਤ ਵੈਸੇ ਤਾਂ ਬੈਂਜੋ 'ਤੇ ਵੱਜਿਆ ਪਰ ਉਹਨੂੰ ਆਪਾਂ ਹਾਰਮੋਨੀਅਮ 'ਤੇ ਵੀ ਪਲੇ ਕਿੱਦਾਂ ਕਰਨਾ ਉਹ ਮੈਂ ਤੁਹਾਨੂੰ ਦੱਸਾਂਗਾ ਟੋਪ ਪੀਸਾਂ ਦੇ ਵਿੱਚ ਹੀ ਗਿਣਿਆ ਜਾਂਦਾ ਉਹ ਦੇਖੋ ਕਿੱਦਾਂ ਪਲੇ ਹੋਣਾ ਸਭ ਤੋਂ ਪਹਿਲਾ ਪੀਸ ਜਿਹੜਾ ਕਿੱਦਾਂ ਪਲੇ ਹੋਣਾ ਦੇਖੋ ਸੋ ਵਨ ਫਿੰਗਰ ਨਾਲ ਦੇਖੋ ਇਹਨੂੰ ਕਿੱਦਾਂ ਪਲੇ ਹੋਏਗਾ ਸਿਰਫ ਇੰਨਾ ਕੁ ਪੀਸ ਹੈ ਸੋ ਇਹ ਹੈ ਪੀਸ ਦੁਬਾਰਾ ਦੇਖ ਲਓ ਔਰ ਜਦੋਂ ਇਹਦੀ ਪ੍ਰੈਕਟਿਸ ਕਰ ਲਾਂਗੇ ਫਿਰ ਕਿੱਦਾਂ ਪਲੇ ਹੋਏਗਾ ਬਾਅਦ ਨੈਕਸਟ ਆਪਾਂ ਪੀਸ 'ਤੇ ਆਉਂਦੇ ਹਾਂ ਹਿੰਮਤ ਸੰਧੂ ਦਾ ਗਾਣਾ ਹੈ ਸਾਬ ਉਹਦੇ ਵਿੱਚ ਵੱਜਿਆ ਆ ਬਹੁਤ ਹੀ ਈਜ਼ੀ ਜਿਹੜਾ ਪੀਸ ਹੈ ਉਹ ਕਿੱਦਾਂ ਪਲੇ ਹੋਣਾ ਇਹਦੇ 'ਚ ਕੋਡ ਵੀ ਲੱਗਦਾ ਕਿੱਦਾਂ ਜਿੱਦਾਂ ਕਿ ਸਾਰਿਆਂ ਨੂੰ ਪਤਾ ਜਿਹੜਾ ਭੈਰਵੀ ਰਾਗ ਉਹ ਮਾਈਨਰ ਕੋਡ ਦੇ ਵਿੱਚ ਆਉਂਦਾ ਸੋ ਇਹਦੇ 'ਚ ਕੋਡ ਕਿਹੜਾ ਲੱਗਾ ਸਾ ਗਾ ਔਰ ਪਾ ਸੋ ਇਹ ਹੈ ਪੀਸ ਵਨ ਫਿੰਗਰ ਨਾਲ ਦੁਬਾਰਾ ਦੇਖ ਲਓ ਪ੍ਰੈਕਟਿਸ ਕਰ ਲਓਗੇ ਫਿਰ ਇਹ ਕਿੱਦਾਂ ਪਲੇ ਹੋਏਗਾ ਔਰ ਉਸ ਤੋਂ ਬਾਅਦ ਨੈਕਸਟ ਪੀਸ ਜਿਹੜਾ ਉਹ ਵੀ ਹਿੰਮਤ ਸੰਧੂ ਦਾ ਹੀ ਗਾਣਾ ਇਹਦੇ 'ਚ ਕਿੱਦਾਂ ਪਲੇ ਕੀਤਾ ਉਹ ਦੇਖੋ ਸੋ ਇਹ ਥਰਡ ਪੀਸ ਹੈ ਪਹਿਲਾਂ ਫਸਟ ਦੱਸਿਆ ਫਿਰ ਸੈਕਿੰਡ ਹੁਣ ਆ ਥਰਡ ਪੀਸ ਹੈ ਦੇਖੋ ਕਿੱਦਾਂ ਬਣਾਉਣਾ ਬਿਲਕੁਲ ਸਿੰਪਲ ਵਨ ਫਿੰਗਰ ਨਾਲ ਸਿਰਫ ਇੰਨਾ ਕੁ ਇਹਨੂੰ ਇਸੇ ਨੂੰ ਹੀ ਤਿੰਨ ਵਾਰੀ ਆਪਾਂ ਰਿਪੀਟ ਕਰਨਾ ਉਸ ਤੋਂ ਬਾਅਦ ਲਾਸਟ ਇਹਨੂੰ ਤਿੰਨ ਵਾਰੀ ਰਿਪੀਟ ਕਰਕੇ ਕਿੱਦਾਂ ਠੀਕ ਹੈ ਔਰ ਜਦੋਂ ਇਹਦੀ ਪ੍ਰੈਕਟਿਸ ਕਰ ਲਓਗੇ ਫਿਰ ਕਿੱਦਾਂ ਪਲੇ ਹੋਏਗਾ ਸੋ ਇਹ ਸੀ ਥਰਡ ਪੀਸ ਨੈਕਸਟ ਆਪਾਂ ਆਉਂਦੇ ਹਾਂ ਫੋਰਥ ਪੀਸ 'ਤੇ ਔਰ ਛੱਲਾ ਗਾਣਾ ਤੁਸੀਂ ਸੁਣਿਆ ਹੀ ਹੋਏਗਾ ਸਾਰਿਆਂ ਨੇ ਜਿਹੜਾ ਕਿ ਗੁਰਦਾਸ ਮਾਨ ਜੀ ਨੇ ਗਾਇਆ
ਉਹਦਾ ਪੀਸ ਬਹੁਤ ਫੇਮਸ ਹੋਇਆ ਸੀ, ਉਹ ਕਿੱਦਾਂ ਪਲੇ ਹੋਏਗਾ? ਬਿਲਕੁਲ ਈਜ਼ੀ, ਦੁਬਾਰਾ ਦੇਖੋ, ਬਿਲਕੁਲ ਈਜ਼ੀ ਹੈ, ਔਰ ਜਦੋਂ ਇਹਦੀ ਪ੍ਰੈਕਟਿਸ ਕਰ ਲਓਗੇ ਫਿਰ ਇੱਦਾਂ ਪਲੇ ਹੋਏਗਾ। ਇਹ ਕਿੰਨਾ ਵਜਾਇਆ ਮੈਂ? ਦੁਬਾਰਾ ਦੇਖ ਲਓ, ਪੂਰਾ ਕੋਈ ਪੀਸ ਕਿੱਦਾਂ ਵਜੇਗਾ ਹੈ? ਸੋ ਇਹ ਛੱਲੇ ਦਾ ਪੀਸ। ਉਸ ਤੋਂ ਬਾਅਦ ਆਪਾਂ ਆਉਂਦੇ ਹਾਂ ਨੈਕਸਟ ਫਿਫਥ ਪੀਸ, ਜਿਹੜਾ ਸੰਧੂ ਸੁਰਜੀਤ ਦਾ ਗਾਣਾ ਹੈ, ਜੱਟ ਪੁੱਠਿਆਂ ਕਮਾਂ ਦਾ ਸ਼ੌਂਕੀ ਹੈ। ਸੋ ਉਹਦੇ 'ਚੋਂ ਮੈਨੂੰ ਪੀਸ ਵਧੀਆ ਲੱਗਾ, ਉਹ ਵੀ ਮਤਲਬ ਟੋਪ ਪੀਸ 'ਚ ਆਪਾਂ ਉਹਨੂੰ ਗਿਣ ਸਕਦੇ ਹਾਂ, ਕਿਉਂਕਿ ਈਜ਼ੀ ਵੀ ਹੈ ਔਰ ਵਜਾਉਣਾ ਵੀ ਈਜ਼ੀ ਆ, ਤਾਂ ਕਰਕੇ ਮੈਂ ਤੁਹਾਨੂੰ ਉਹ ਪੀਸ ਕਰਵਾਉਣ ਲੱਗਾ। ਦੇਖੋ ਕਿੱਦਾਂ ਬੁਲਾਉਣਾ, ਸੁਣਨ 'ਚ ਵੀ ਵਧੀਆ ਲੱਗਦਾ, ਹੈ ਵੀ ਈਜ਼ੀ ਹੈ। ਜਿਨ੍ਹਾਂ ਦੇਖਣ 'ਚ ਡਿਫੀਕਲਟ ਲੱਗ ਰਿਹਾ ਉਹਨਾਂ ਡਿਫੀਕਲਟ ਹੈ ਨਹੀਂ ਹੈ, ਬਿਲਕੁਲ ਈਜ਼ੀ ਹੈ। ਦੁਬਾਰਾ ਦੇਖੋ, ਵਨ ਫਿੰਗਰ ਨਾਲ, ਦੁਬਾਰਾ ਦੇਖੋ, ਪ੍ਰੈਕਟਿਸ ਕਰ ਲਓਗੇ ਫਿਰ ਕਿੱਦਾਂ ਪਲੇ ਹੋਏਗਾ। ਔਰ ਇਹ ਹੋ ਗਏ ਜੀ ਪੰਜ ਪੀਸ। ਉਸ ਤੋਂ ਬਾਅਦ ਇੱਕ ਤੁਹਾਨੂੰ ਮੈਂ ਬੋਨਸ ਪੀਸ ਵੀ ਦੱਸੂੰਗਾ, ਬਿਲਕੁਲ ਈਜ਼ੀ, ਉਹ ਦੇਖੋ ਕਿੱਦਾਂ ਪਲੇ ਹੋਏਗਾ। ਔਰ ਇੱਕ ਬੋਨਸ ਪੀਸ ਜਿਹੜਾ ਕਿ ਆਪਾਂ ਛੇਵਾਂ ਨਹੀਂ ਕਹਿ ਸਕਦੇ, ਮੈਂ ਉਹਨੂੰ ਬੋਨਸ ਪੀਸ ਹੀ ਕਹੂੰਗਾ ਮੈਂ, ਤਾਂ ਕਿ ਜਿਹੜੇ ਤੁਸੀਂ ਪੰਜ ਪੀਸ ਸਿੱਖੇ ਉਹਦੇ ਨਾਲ ਇੱਕ ਬੋਨਸ ਪੀਸ ਤੁਸੀਂ ਹੋਰ ਸਿੱਖੋ, ਤਾਂ ਕਿ ਜਿਹੜੇ ਵੀ ਗਾਣੇ ਤੁਸੀਂ ਭੈਰਵੀ ਰਾਗ ਦੇ ਵਿੱਚ ਪਲੇ ਕਰੋਗੇ ਜਾਂ ਜਿਹੜੇ ਵੀ ਤੁਸੀਂ ਸਿੱਖੋਗੇ ਉਹਦੇ 'ਚ ਤੁਸੀਂ ਇਸ ਜਿਹੜੇ ਪੀਸਾਂ ਨੂੰ ਪਲੇ ਕਰ ਸਕਦੇ ਹੋ ਈਜ਼ੀਲੀ, ਜਿੱਦਾਂ ਕਿ ਸਤਾਈ ਤੋਂ ਪਹਿਲਾਂ ਵੀ, ਸਤਾਈ ਤੋਂ ਬਾਅਦ ਵੀ, ਅੰਤਰੇ ਤੋਂ ਪਹਿਲਾਂ, ਅੰਤਰੇ ਤੋਂ ਬਾਅਦ, ਜਿੱਦਾਂ ਵੀ ਤੁਹਾਨੂੰ ਠੀਕ ਲੱਗਦਾ, ਜਿੱਥੇ ਵੀ ਤੁਹਾਨੂੰ ਲੱਗਦਾ ਵੀ ਤੁਸੀਂ ਇਸ ਪੀਸ ਨੂੰ ਪਲੇ ਕਰਨਾ, ਈਜ਼ੀਲੀ ਪਲੇ ਕਰ ਸਕਦੇ ਹੋ। ਔਰ ਇਹ ਪੀਸ ਜਿਹੜੇ ਹੈ ਕੈਰਵਾ ਤਾਲ 'ਤੇ ਈਜ਼ੀਲੀ ਪਲੇ ਹੋ ਜਾਣਗੇ, ਕਿਉਂਕਿ ਕੈਰਵਾ ਤਾਲ ਦੇ ਹੀ ਹੈ ਜਿਹੜੇ ਕਿ ਭੰਗੜੇ ਵਾਲੇ ਨੱਚਣ ਗਾਉਣ ਵਾਲੇ ਗਾਣੇ ਆ, ਉਹਨਾਂ 'ਤੇ ਪਲੇ ਹੋਣਗੇ। ਸੋ ਇਸ ਵੀਡੀਓ ਤੋਂ ਅਗਰ ਤੁਹਾਨੂੰ ਕੁਛ ਅੱਛਾ ਸਿੱਖਣ ਨੂੰ ਮਿਲਿਆ ਹੈ, ਵੀਡੀਓ ਨੂੰ ਲਾਈਕ ਜ਼ਰੂਰ ਕਰ ਦੇਣਾ, ਕਮੈਂਟ ਜ਼ਰੂਰ ਕਰ ਦੇਣਾ ਔਰ ਸ਼ੇਅਰ ਜ਼ਰੂਰ ਕਰ ਦੇਣਾ, ਤਾਂ ਕਿ ਹੋਰ ਵੀ ਸਟੂਡੈਂਟਸ ਹੈ, ਜਿਹੜੇ ਵੀ ਸਬਸਕ੍ਰਾਈਬਰਸ ਹੈ ਔਰ ਜਿਨ੍ਹਾਂ ਨੇ ਸਬਸਕ੍ਰਾਈਬ ਨਹੀਂ ਵੀ ਕੀਤਾ ਹੋਇਆ, ਉਹ ਵੀ ਇਸ ਵੀਡੀਓ ਨੂੰ ਦੇਖ ਕੇ ਇਸ ਪੀਸਾਂ ਨੂੰ ਸਿੱਖ ਲੈਣ ਔਰ ਇਹਨਾਂ ਦਾ ਯੂਜ਼ ਕਰਕੇ ਮਤਲਬ ਕਿ ਪ੍ਰੋਫੈਸ਼ਨਲ ਫੀਲ ਕਰ ਸਕਣ, ਕਿਉਂਕਿ ਜਦੋਂ ਕੋਈ ਬੰਦਾ ਪੀਸ ਪਲੇ ਕਰਦਾ ਹੈ ਉਦੋਂ ਇੱਦਾਂ ਲੱਗਦਾ ਵੀ ਹਾਂ ਵੀ ਯਾਰ ਵਾਕਈ ਇਹ ਪ੍ਰੋਫੈਸ਼ਨਲ ਹੈ।
ਸੋ ਇਸੇ ਕਰਕੇ ਇਸ ਨੂੰ ਵੱਧ ਤੋਂ ਵੱਧ ਤੁਸੀਂ ਸ਼ੇਅਰ ਕਰਨਾ ਤਾਂ ਕਿ ਜਿੰਨੇ ਵੀ ਸਟੂਡੈਂਟਸ ਦੇਖਣ ਔਰ ਇਸ ਪੀਸ ਨੂੰ ਪਲੇ ਕਰਕੇ ਵਧੀਆ ਫੀਲ ਕਰ ਸਕਣ ਔਰ ਚੈਨਲ ਨੂੰ ਤੁਸੀਂ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਸਬਸਕ੍ਰਾਈਬ ਕਰਨ ਤੋਂ ਬਾਅਦ ਬੈੱਲ ਆਈਕਨ ਨੂੰ ਜ਼ਰੂਰ ਪ੍ਰੈਸ ਕਰ ਦੇਣਾ ਨੋਟੀਫਿਕੇਸ਼ਨਸ ਲਈ ਤਾਂ ਕਿ ਜਦੋਂ ਵੀ ਅਸੀਂ ਨਿਊ ਵੀਡੀਓ ਅਪਲੋਡ ਕਰਦੇ ਹਾਂ ਨਾਲ ਦੇ ਨਾਲ ਤੁਹਾਨੂੰ ਜਿਹੜੇ ਨੋਟੀਫਿਕੇਸ਼ਨਸ ਰਿਸੀਵ ਹੁੰਦੇ ਰਹਿਣ ਔਰ ਤੁਸੀਂ ਸਿੱਖਦੇ ਰਹੋ ਸੋ ਨੈਕਸਟ ਵੀਡੀਓ ਦੇ ਨਾਲ ਮਿਲਦੇ ਹਾਂ ਜੀ ਥੈਂਕ ਯੂ ਸੋ ਮੱਚ